ਸਤਿ ਸ਼੍ਰੀ ਅਕਾਲ ਜੀ ਮੈਂ ਮੁਸਕਾਨ ਸ਼ਰਮਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਸਟੱਡੀ ਵਰਲਡ ਵੱਲੋਂ ਰੋਜ਼ ਦੀ ਤਰ੍ਹਾਂ ਅੱਜ ਮੈਂ ਫਿਰ ਹਾਜ਼ਰ ਹਾਂ ਲਾਈਵ ਸ਼ੋਅ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਯੂਕੇ ਸਟੱਡੀ ਵੀਜ਼ਾ ਅਤੇ ਸਪਾਊਸ ਵੀਜ਼ਾ ਨੂੰ ਲੈ ਕੇ ਅਤੇ ਇਸ ਟੋਪਿਕ 'ਤੇ ਡਿਸਕਸ਼ਨ ਕਰਨ ਲਈ ਮੇਰੇ ਨਾਲ ਹਾਜ਼ਰ ਹੈ ਕੰਪਨੀ ਦੇ ਮੈਨੇਜਰ ਮਿਸ ਅੰਜਨਾ ਠਾਕੁਰ ਹੈਲੋ ਮੈਮ ਹਾਂਜੀ ਮੈਮ ਸਭ ਤੋਂ ਪਹਿਲਾਂ ਮੇਰੇ ਨਾਲ ਮੇਰੇ ਤੋਂ ਤੁਹਾਡੇ ਨਾਲ ਸਵਾਲ ਇਹ ਰਹੂਗਾ ਕਿ ਜਿਵੇਂ ਜਨਵਰੀ ਇਨਟੇਕਸ ਵਾਲੇ ਸਟੂਡੈਂਟਸ ਨੇ ਜੀ ਔਨਲਾਈਨ ਕਲਾਸਿਸ ਨੂੰ ਲੈ ਕੇ ਸਪੈਸ਼ਲੀ ਗੱਲ ਕਰਾਂਗੇ ਅੱਜ ਕਿ ਔਨਲਾਈਨ ਜਿਹੜੇ ਸਟੂਡੈਂਟਸ ਨੇ ਜਨਵਰੀ ਇਨਟੇਕ ਦੇ ਵਿੱਚ ਕਲਾਸਿਸ ਲਵਾਈਆਂ ਸੀਗੀਆਂ ਸੀ ਮੁਸਕਾਨ ਦਾ ਕੁਐਸਚਨ ਵੀ ਇਹੀ ਹੈ ਕਿ ਜਿੰਨੇ ਵੀ ਸਟੂਡੈਂਟਸ ਨੇ ਜਨਵਰੀ ਇਨਟੇਕ ਔਨਲਾਈਨ ਕਲਾਸਿਸ ਲਵਾਈਆਂ ਸੀਗੀਆਂ 70% ਉਹਨਾਂ ਦੀ ਅਟੈਂਡੈਂਸ ਸੀਗੀ ਜਾਂ ਜਿਹੜਾ ਉਹਨੇ ਔਨਲਾਈਨ ਕਲਾਸਿਸ ਲਵਾਈਆਂ ਸੀਗੀਆਂ ਯੂਕੇ ਦੇ ਵਿੱਚ ਕੈਜ਼ ਨੂੰ ਲੈ ਕੇ ਇਸ ਟਾਈਮ ਕੀ ਸਿਨੈਰੀਓ ਹੈ ਕਿਹੜੇ ਸਟੂਡੈਂਟਸ ਨੂੰ ਕੈਜ਼ ਇਸ਼ੂ ਹੋਏਗਾ ਬਹੁਤ ਵਧੀਆ ਖੁਸ਼ਖਬਰੀ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਨੇ ਔਨਲਾਈਨ ਕਲਾਸਿਸ ਲਵਾਈਆਂ ਸੀਗੀਆਂ 70% ਉਹਨਾਂ ਦੀ ਅਟੈਂਡੈਂਸ ਹੈਗੀ ਹੈ ਅਤੇ ਜਿੰਨੇ ਵੀ ਸਟੂਡੈਂਟ ਇਸ ਟਾਈਮ ਦੇਖ ਰਹੇ ਨੇ ਉਹ ਐਕਸਪੈਕਟ ਕਰ ਸਕਦੇ ਨੇ 15th March ਤੱਕ ਤੁਹਾਡੇ ਕੈਜ਼ ਇਸ਼ੂ ਸ਼ੁਰੂ ਹੋਣੇ ਹੋ ਜਾਣਗੇ ਬੇਸਿਕਲੀ ਅੱਜ 1st March ਹੈ ਤਾਂ ਇਸ ਵੀਕ ਔਰ ਨੈਕਸਟ ਵੀਕ ਤੱਕ ਤੁਸੀਂ ਐਕਸਪੈਕਟ ਕਰ ਸਕਦੇ ਹੋ ਆਪਣੇ ਕੈਜ਼ ਲੈਟਰਸ ਜਿੰਨੇ ਵੀ ਸਟੂਡੈਂਟਸ ਨੇ ਔਨਲਾਈਨ ਲਵਾਈਆਂ ਸੀਗੀਆਂ ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ ਔਨਲਾਈਨ ਕਲਾਸਿਸ ਲਵਾਈਆਂ ਸੀਗੀਆਂ ਫੀਸ ਉਹਨਾਂ ਦੀ ਪੇਡ ਹੈਗੀ ਹੈ ਅਤੇ 70% ਅਟੈਂਡੈਂਸ ਬੱਚਿਆਂ ਦੀ ਹੈਗੀ ਹੈ ਕੈਜ਼ ਤੁਹਾਨੂੰ 100% ਇਸ਼ੂ ਹੋਣਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਵੀਜ਼ਾਸ ਵੀ ਤੁਹਾਡੇ ਗ੍ਰਾਂਟ ਹੋ ਜਾਣਗੇ ਯੂਕੇ ਸਟੱਡੀ ਵੀਜ਼ਾ ਦੇ ਸਕਸੈਸ ਰੇਟ ਕੀ ਚੱਲ ਰਹੇ ਨੇ ਮੈਮ ਲਾਸਟ ਮੈਂ ਸਕਸੈਸ ਰੇਟ ਦੀ ਗੱਲ ਕਰਾਂਗੀ ਆਪਾਂ ਗੱਲ ਕਰ ਸਕਦੇ ਹਾਂ 90% ਅਰਾਊਂਡ ਆਪਾਂ ਕਹਿ ਸਕਦੇ ਇੱਕ ਜੇ ਮੈਂ ਓਵਰਆਲ ਦੇਖਾਂ ਕਿ ਪਿਛਲਾ ਸਕਸੈਸ ਰੇਟ ਕੀ ਸੀਗਾ ਅਤੇ 90% ਨੀਅਰ ਆਪਣਾ ਸਕਸੈਸ ਰੇਟ ਦੇਖਣ ਨੂੰ ਮਿਲ ਗਿਆ ਸੀਗਾ ਰਿਜੈਕਸ਼ਨਸ ਵੀ ਆਈਆਂ ਸੀਗੀਆਂ ਨੋ ਡਾਊਟ ਕਾਫੀ ਬੱਚਿਆਂ ਦੇ ਰਿਜੈਕਟ ਵੀ ਹੋ ਗਏ ਸੀਗੇ ਬਟ ਉਹਦੇ ਰੀਜ਼ਨ ਵੀ ਸੀਗੇ ਕੁਛ ਏਜੰਟ ਨੇ ਨਹੀਂ ਵਧੀਆ ਤਰੀਕੇ ਨਾਲ ਪ੍ਰੋਫਾਈਲ ਲਵਾਈ ਸੀਗੀ ਜਾਂ ਫਿਰ ਕੁਛ ਬੱਚਿਆਂ ਦੇ ਕੁਛ ਟੈਕਨੀਕਲ ਰੀਜ਼ਨਸ ਕਰਕੇ ਵੀ ਰਿਜੈਕਸ਼ਨ ਆ ਗਏ ਨੇ ਕੁਛ ਦੇ ਅਕੈਡਮਿਕਸ ਜਿਹੜੀ ਸੀ ਰਿਕੁਆਇਰਮੈਂਟ ਉਹ ਮੈਚ ਨਹੀਂ ਸੀ ਕਰਦੀ ਅਤੇ ਕੁਛ ਇੱਦਾਂ ਦੇ ਰੀਜ਼ਨਸ ਹੁੰਦੇ ਨੇ ਜਿਨ੍ਹਾਂ ਕਰਕੇ ਰਿਜੈਕਸ਼ਨ ਵੀ ਬੱਚਿਆਂ ਨੂੰ ਆਈਆਂ ਹੈ ਕਿਉਂਕਿ ਪਿਛਲੇ ਜਦੋਂ ਲੋਕਡਾਊਨ ਹੋ ਗਿਆ ਸੀਗਾ 2020 ਦਾ ਮਾਰਚ ਤੋਂ ਲੈ ਕੇ ਉਸ ਤੋਂ ਬਾਅਦ ਸਪਟੈਂਬਰ ਮੇ ਸੀਗਾ ਉਹ ਡੈਫਰ ਕਰ ਦਿੱਤਾ ਸੀਗਾ ਸਪਟੈਂਬਰ ਲਈ ਫਿਰ ਸਪਟੈਂਬਰ ਤੋਂ ਵੀ ਡੈਫਰ ਹੋਇਆ ਸੀਗਾ ਬਟ ਓਪਨ ਵੀ ਹੋ ਗਿਆ ਸੀਗਾ ਕਾਫੀ ਸਾਰੇ ਸਟੂਡੈਂਟ ਨੇ ਟਰੈਵਲ ਵੀ ਕਰ ਲਿਆ ਸੀਗਾ ਬਟ ਕੁਛ ਇੱਦਾਂ ਦੇ ਸਟੂਡੈਂਟ ਸੀਗੇ ਜਿਨ੍ਹਾਂ ਦਾ ਮੈਂ ਕਹਾਂਗੀ ਕਿ ਔਨਲਾਈਨ ਕਲਾਸਿਸ ਹੋਣੀਆਂ ਸੀਗੀਆਂ ਔਨ ਕੈਂਪਸ ਵਰਗੇ ਉਹਨਾਂ ਦੇ ਪ੍ਰੋਜੈਕਟ ਜਾਂ ਕੋਰਸਿਸ ਨਹੀਂ ਸੀਗੇ ਕੁਛ ਸਟੂਡੈਂਟ ਇੱਦਾਂ ਦੇ ਸੀਗੇ ਜਿਨ੍ਹਾਂ ਦੀ ਔਨਲਾਈਨ ਕਲਾਸਿਸ ਹੋ ਜਾਣਗੀਆਂ ਸੀਗੀਆਂ ਤਾਂ ਜਿਹੜੇ ਉਹ ਬੱਚੇ ਔਨਲਾਈਨ ਕਲਾਸਿਸ ਦੇ ਰਹੇ ਸੀਗੇ ਉਹਨਾਂ ਦਾ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਕੈਜ਼ ਹੁਣ ਇਸ਼ੂ ਸ਼ੁਰੂ ਹੋ ਜਾਣਗੇ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਬੱਚੇ ਕਾਫੀ ਟਾਈਮ ਤੋਂ ਔਨਲਾਈਨ ਕਲਾਸਿਸ ਲਵਾ ਰਹੇ ਨੇ ਮੈਮ ਜਿਹੜੇ ਸਟੂਡੈਂਟਸ ਨੇ ਪਲੱਸ ਟੂ ਕੀਤੀ ਹੈ ਅਤੇ ਉਹ ਯੂਕੇ ਜਾਣਾ ਚਾਹੁੰਦਾ ਹੈ ਅਤੇ ਉਹਨਾਂ ਲਈ ਐਂਟਰੀ ਰਿਕੁਆਇਰਮੈਂਟਸ ਕੀ ਨੇ ਕਿੰਨਾ ਕੁ ਗੈਪ ਐਕਸੈਪਟੇਬਲ ਹੈ ਅਤੇ ਕਿੰਨੇ ਮਾਰਕਸ ਚਾਹੀਦੇ ਨੇ ਅਤੇ ਬੈਂਕ ਸਕੋਰਸ ਦੀ ਰਿਕੁਆਇਰਮੈਂਟ ਕਿੰਨੀ ਹੈ ਜੀ ਬਿਲਕੁਲ ਆਪਾਂ ਸਟੈਪ ਬਾਏ ਸਟੈਪ ਗੱਲ ਕਰਾਂਗੇ ਆਫਟਰ ਪਲੱਸ ਟੂ ਫਿਰ ਆਫਟਰ ਗ੍ਰੈਜੂਏਸ਼ਨ ਵੀ ਗੱਲ ਕਰਾਂਗੇ ਆਫਟਰ ਪਲੱਸ ਟੂ ਸਟੂਡੈਂਟ 18 ਪਾਸ ਆਊਟ ਵਾਲੇ ਸਟੂਡੈਂਟ ਮੈਂ ਆਲਰੇਡੀ ਕਹਿ ਰਹੀ ਹਾਂ ਭਾਵੇਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਅੱਜ ਅਸੀਂ ਯੂਕੇ ਦੀ ਗੱਲ ਕਰ ਰਹੇ ਹਾਂ ਸਟ੍ਰਿਕਟਲੀ ਯੂਨੀਵਰਸਿਟੀਜ਼ ਨੇ ਇਹ ਚੀਜ਼ ਓਫੀਸ਼ੀਅਲੀ ਵੀ ਸਾਡੇ ਨਾਲ ਵੀ ਸਾਂਝਾ ਕੀਤੀ ਹੈ ਕਿ 18 ਪਾਸ ਆਊਟ ਵਾਲੇ ਸਟੂਡੈਂਟਸ ਨੂੰ ਮੇ ਜਾਂ ਸਪਟੈਂਬਰ ਇਨਟੇਕ ਨੂੰ ਬੇਸਿਕਲੀ ਗੱਲ ਕਰਾਂਗੇ ਉਹ ਨਹੀਂ ਐਕਸੈਪਟ ਕਰਨਗੇ ਸੋ ਬਹੁਤ ਘੱਟ ਚਾਂਸਿਸ ਹੈ 18 ਵਾਲੇ ਸਟੂਡੈਂਟਸ ਨੂੰ 18 ਪਾਸ ਆਊਟ ਵਾਲੇ ਸਟੂਡੈਂਟਸ ਨੂੰ ਕਿਉਂਕਿ ਯੂਨੀਵਰਸਿਟੀਜ਼ ਦੀ ਰਿਕੁਆਇਰਮੈਂਟ ਆਫਟਰ ਪਲੱਸ ਟੂ ਕਹਿ ਰਹੇ ਨੇ ਸਿਰਫ 2 ਸਾਲ ਦਾ ਗੈਪ ਹੀ ਐਕਸੈਪਟ ਕੀਤਾ ਜਾਏਗਾ ਸੋ ਸਟੂਡੈਂਟ ਜਦੋਂ 2021 ਵਾਲੇ ਸਟੂਡੈਂਟ ਨੇ ਐਗਜ਼ਾਮ ਦੇਣੇ ਆਫਟਰ ਪਲੱਸ ਟੂ ਉਹ ਵੀ ਹੁਣ ਮਾਰਕੀਟ ਦੇ ਵਿੱਚ ਹੋਏਗਾ ਸਟੂਡੈਂਟ ਅਪਲਾਈ ਕਰਨ ਲਈ ਨਵੀਆਂ ਐਪਲੀਕੇਸ਼ਨਸ ਹੋਣਗੀਆਂ ਅਤੇ ਸਿਰਫ ਬੱਚਾ ਹੋਏਗਾ 19, 20, or 21 ਪਾਸ ਆਊਟ ਤੋਂ ਯੂਨੀਵਰਸਿਟੀ ਦੀ ਫਸਟ ਪ੍ਰੈਫਰੈਂਸ ਉਹੀ ਰਹੇਗੀ ਕਿ ਉਹਨਾਂ ਨੂੰ ਐਕਸੈਪਟ ਕੀਤਾ ਜਾਵੇਗਾ ਸੋ 18 ਵਾਲੇ ਸਟੂਡੈਂਟਸ ਨੂੰ ਮੈਂ ਰਿਕੁਐਸਟ ਕਰਾਂਗੀ ਐਡਵਾਈਸ ਕਰਾਂਗੀ ਬੱਚੇ ਤੁਸੀਂ ਮੇ ਇਨਟੇਕ ਲਈ ਟਾਈਮ ਰਹਿੰਦੇ ਅਪਲਾਈ ਕਰ ਸਕਦੇ ਹੋ ਮੇ ਇਨਟੇਕ ਲਈ ਜੇ ਤੁਸੀਂ ਮੇਰੇ ਕੋਲੋਂ ਲਾਸਟ ਅਪਡੇਟ ਮੰਨਦੇ ਹੋ ਕਿ ਆਪਾਂ ਗੱਲ ਕਰੀਏ ਕਿ ਲਾਸਟ ਡੇਟ ਕੀ ਹੈ ਅਪਲਾਈ ਕਰਨ ਦੀ ਸੋ ਓਫੀਸ਼ੀਅਲੀ ਜਿਹੜੀ ਡੇਟ ਹੈਗੀ ਉਹ ਹੈ 23rd March ਤੱਕ ਹੋ ਸਕਦਾ ਅੱਗੇ ਐਕਸਟੈਂਡ ਵੀ ਹੋ ਸਕਦੀ ਹੈ ਅਪ੍ਰੈਲ ਲਈ ਬਟ ਇਸ ਟਾਈਮ ਤੱਕ ਜੋ ਇੱਕ ਅਪਡੇਸ਼ਨ ਹੈਗਾ ਉਹ 23rd March ਨੂੰ ਲੈ ਕੇ ਹੈ ਕਿ 23rd March ਤੱਕ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਮੇ ਇਨਟੇਕ ਲਈ ਆਪਣੀ ਸੀਟ ਰਿਜ਼ਰਵ ਕਰਨੀ ਪਏਗੀ ਹੁਣ ਗੱਲ ਕਰਾਂਗੇ ਆਇਲਸ ਰਿਕੁਆਇਰਮੈਂਟ ਦੀ
यूके बच्चा दो तरीके नाल या तीन तरीके नाल अप्लाई कर सकता है, पीटी हो गया, आयल्स हो गया, एक हो गया यूके वी आयल्स। स्पेशली यूके ले स्टूडेंट यूके वी आयल्स करता है, जिस बच्चे ने यूके वी आई किता होएगा वो स्टूडेंट ओवरऑल 5.5 नॉट लेस देन 5 नाल अप्लाई कर सकता है विद 60% ओदे होने चाहिए हैं। हुन इत्थे सीबीएसई आईसीएसई बोर्ड की भी गल होंदी है ते स्टेट बोर्ड वाले स्टूडेंट्स की भी गल होंदी है। सम यूनिवर्सिटीज एक्सैप्ट करती है 60% स्टेट बोर्ड के, ते जिहड़े सीबीएसई आईसीएसई बोर्ड वाले होंदे ने उन्हां नूं 55 या 50% ते भी एक्सैप्ट किया जाता है। सो स्टूडेंट ध्यान नाल सुनना है, कन्फ्यूज़ नहीं होना है, जे तुसीं यूके वी आई किया है तो ओवरऑल 5.5 नॉट लैस दैन 5 नाल अपलाई कर सकते हो विद 60% मिनीमम रिक्वायरमेंट, स्टैंडर्ड रिक्वायरमेंट 60% ही रहेगी। जे तुसीं आयल्स या पीटी नाल अपलाई करवाना चाहते हो तो ओवरऑल 6 नॉट लैस दैन 5.5 नाल तुसीं अपलाई कर सकते हो, एक मॉड्यूल च या दो मॉड्यूल च 5.5 हो एक्सैप्ट किए जाएंगे। सो परसेंटेज की मैं ऑलरेडी गल कर चुकी हाँ, 60% स्टैंडर्ड रिक्वायरमेंट रहेगी, जे तुसीं सीबीएसई आईसीएसई बोर्ड हो तो 55% भी एक्सैप्ट किया जाएगा। इहदे नाल मैं एक होर गल ऐड ऑन करना चाहूँगी, बहुत सारे स्टूडेंट दे आयल्स समटाइम्स वधिया हुंदे ने, ओवरऑल 6 या इनी भी 6 हो सकते हैं, आफ्टर प्लस टू मैं गल कर रही हूँ, बट परसेंटेज उन्हां दे 50 होंगे या 52-54% होंदी है। उस केस दे विच स्टूडेंट की कर सकता है, वह फाउंडेशन कोर्स भी लै सकता है। फाउंडेशन कोर्स एक इदा का कोर्स होंदा जो 6-8 months का कोर्स होंदा, जिहदे विच तुहानू परसेंटेज इंप्रूव करनी पैंदी है, इंप्रूव करके तुसीं फिर जाके लीडिंग टू बैचलर लई अपना कर सकते हो। सो जिन्हें भी स्टूडेंट इस टाइम देख रहे हैं, ओवरऑल 5.5 आयल्स नाल मैं तुहानू सजेस्ट नहीं करती, बट यस यूके वी आई नाल तुसीं ओवरऑल 5.5 अप्लाई कर सकते हो। परसेंटेज घट है, आयल स्कोर वधिया है, तो तुसीं फाउंडेशन ईयर नू भी टारगेट कर सकते हो। मैम हुण गल करते हैं आफ्टर ग्रैजुएशन, जे स्टूडेंट ने ग्रैजुएशन की है तो उन्होंने एंट्री रिक्वायरमेंट्स की ने, किन्नी क बैंस कोर्स रिक्वायरमेंट है, तो किन्ने मार्क्स होने चाहिए अपलाई करने तो बाद, एंड किन्ना गैप एक्सैप्टेबल है ग्रैजुएशन तो बाद। आफ्टर ग्रैजुएशन असं गल करते हैं हमेशा ही, तो 4-5 ईयरस का गैप एक्सैप्टड होंदा है हर यूनिवर्सिटी के, बट फिर भी काफ़ी सारी यूनिवर्सिटीज़ होंगी जिन्हों की अपना ही कोई क्राइटेरिया अपना कर देंगे। मैं गल करा कि जिदा कि एक बेडफोर्डशायर यूनिवर्सिटी हो गई है, यूनिवर्सिटी ने हुने उन्होंने ऑफिशियली अनाउंस किया सीगा कि जो बच्चे का वीज़ा ग्रांट हो जाएगा वो फीस उस तो बाद लेंगे। ये बहुत वधिया गल है स्टूडेंट्स लिए, क्योंकि बेडफोर्डशायर यूनिवर्सिटी जिहड़ी ल्यूटन दे विच है, वो यूनिवर्सिटी हमेशा ही किसी ना किसी तरीके की रिलैक्सेशन स्टूडेंट नूं सांझा करती है, कदे स्कॉलरशिप दे दिंदी है, कदे विदाउट आयल्स एक्सैप्ट कर लेंदी है, कदे बिना इंटरव्यू ते भी एक्सैप्ट कर लेंदी है। इस टाइम स्टूडेंट लिए एक होर वधिया ऑप्शन है इत्थे कि तुसीं वीज़ा लाओगे, पहला वीज़ा आने तो बाद तुसी अपनी यूनिवर्सिटी की फी पे करोगे। सो एक बहुत वधिया मैं कहांगी स्टूडेंट लिए ऑप्शन बन सकती है। इदा ही लीड्स पेकेट यूनिवर्सिटी भी हैगी है, जिहड़ी यूनिवर्सिटी तुहानू पहला इंटरव्यू लाएगी और इंटरव्यू तो बाद तुहाडी फीस पे की जाएगी। सो ए वाला क्राइटेरिया बहुत सारी यूनिवर्सिटीज़ फॉलो करती है कि पहला इंटरव्यू लै लेंगे ने, इंटरव्यू जो क्लीयर हो जाता उस तो बाद फीस वो एक्सैप्ट करते हैं। सो कुछ यूनिवर्सिटीज़ इदा की भी हैगी है जिहड़ी फीस पहला लै लेंदी है फिर बाद दे विच इंटरव्यू लेंदी है, तो कुछ एक डिडक्शन होकर तुहानू रिफंड वापस मिलता है। आफ्टर ग्रेजुएशन जो रिक्वायरमेंट की गल करते हैं तो 4-5 ईयरस का थोड़ा गैप होना चाहिए, जेन्युइन गैप थोड़े को होना चाहिए, प्रूफ होना चाहिए बेसिकली कि तुम किया उस गैप के किया एक्सपीरियंस की हैगा थोड़ा। जो स्टूडेंट अपलाई करते हैं आफ्टर प्लस टू आफ्टर ग्रैजुएशन तो LOR की भी रिक्वायरमेंट रहती है। दो तरह की LOR की रिक्वायरमेंट होंगी है जिन्हों आप लैटर ऑफ रिकमेंडेशन कहने, थानू स्कूल वालों और कॉलेज वालों ग्रांट किया जाता है, तुसी वह प्रोवाइड करवा के उस तो बाद एप्लीकेशन अपनी लॉन्च करवा सकते हो। LOR की रिक्वायरमेंट इन्होंने उस टाइम बैन कर दी सी, नहीं सीगा क्राइटेरिया दे विच जदों स्टूडेंट दे स्कूल कॉलेजेस बंद सीगे ड्यूरिंग लॉकडाउन, तो उस टाइम तो LOR की रिक्वायरमेंट नहीं सी, बट हुण आने वाले टाइम दे विच जदों लॉकडाउन खुल चुकिया है तो इस टाइम तो रिक्वायरमेंट हैगी है। स्टेटमेंट ऑफ परपज बहुत ज़्यादा इंपॉर्टेंट है, LOR की रिक्वायरमेंट है, जे तो स्टूडेंट MOI प्रोवाइड करवा सकते हैं विदाउट आयल्स लई। सो सीबीएसई आईसीएसई स्टूडेंट जिहड़े हैगे हैं 60% नाल MOI प्रोवाइड करवा के वह भी करा सकते हैं। आफ्टर ग्रेजुएशन भी जे तुहाडे परसेंटेज 60 तो अबव हैगे हैं
ਹਫਤਾ ਤੁਸੀਂ ਅਪਲਾਈ ਕਰਵਾ ਸਕਦੇ ਹੋ ਐਮ ਓ ਆਈ ਦੇ ਨਾਲ। ਹੁਣ ਆਈਐਲਟੀਐਸ ਦੀ ਜੇ ਮੈਂ ਗੱਲ ਕਰਦੀ ਹਾਂ ਆਫਟਰ ਗ੍ਰੈਜੂਏਸ਼ਨ ਤਾਂ 6 ਓਵਰਆਲ ਨੋਟ ਲੈਸ ਦੈਨ 5.5 ਨਾਲ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਕਿਉਂਕਿ ਕੁਛ ਇੱਕ ਯੂਨੀਵਰਸਿਟੀ ਦੇ ਵਿੱਚ ਕੋਰਸਿਸ ਇੱਦਾਂ ਦੇ ਹੁੰਦੇ ਜਿਨ੍ਹਾਂ ਦੀ ਰਿਕੁਆਇਰਮੈਂਟ ਹੀ ਓਵਰਆਲ 6 ਹੁੰਦੀ ਹੈ। ਬਟ ਜੇ ਤੁਸੀਂ ਆਫਟਰ ਗ੍ਰੈਜੂਏਸ਼ਨ ਮਾਸਟਰਸ ਲਈ ਜਾਣਾ ਚਾਹੁੰਦੇ ਹੋ, ਜ਼ਿਆਦਾਤਰ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੁੰਦੀ ਹੈ 6.5 ਨੋਟ ਲੈਸ ਦੈਨ 6 ਦੇ ਨਾਲ। ਸੋ ਇੱਕ ਸਟੈਂਡਰਡ ਰਿਕੁਆਇਰਮੈਂਟ ਹੈ, ਸਟੂਡੈਂਟ ਐਕਸਚੇਂਜ ਨਹੀਂ ਹੋ ਸਕਦੀ। ਵੀਜ਼ਾ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ 6.5 ਨੋਟ ਲੈਸ ਦੈਨ 6 ਦੇ ਨਾਲ, ਅਤੇ 55% ਜਾਂ 60 ਅਬਵ ਤੁਹਾਡੇ ਹੋਣਗੇ। ਐਸ ਓ ਪੀ ਨਾਲ ਲਵਾ ਸਕਦੇ ਹੋ, ਐਲ ਓ ਆਰ ਤੁਹਾਡੇ ਕੋਲ ਨਾਲ ਹੋਏਗਾ, ਜੋ ਵੀ ਤੁਹਾਡੇ ਅਕੈਡਮਿਕ ਡਾਕੂਮੈਂਟਸ ਹੈ, ਤੁਸੀਂ ਗੈਪ ਦੇ ਵਿੱਚ ਆਪਣੀ ਜੋਬ ਕੀਤੀ ਹੈ ਉਹਦਾ ਗੈਪ ਪਰੂਫ ਤੁਸੀਂ ਨਾਲ ਲਵਾ ਕੇ ਆਪਣਾ ਵੀਜ਼ਾ ਡੈਫੀਨੇਟਲੀ ਲੈ ਸਕਦੇ ਹੋ। ਮੈਮ ਹੁਣ ਗੱਲ ਕਰਦੇ ਹਾਂ ਪ੍ਰੋਸੈਸਿੰਗ ਟਾਈਮਿੰਗ ਨੂੰ ਲੈ ਕੇ, ਕਿੰਨਾ ਕੁ ਪ੍ਰੋਸੈਸਿੰਗ ਟਾਈਮਿੰਗ ਲੱਗਦਾ ਹੈ? ਪ੍ਰੋਸੈਸਿੰਗ ਟਾਈਮ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ, ਦੇਖੋ 2 ਮਹੀਨੇ ਜ਼ਿਆਦਾ ਤੋਂ ਜ਼ਿਆਦਾ 1.5-2 ਮਹੀਨੇ ਲੱਗਦੇ ਸੀਗੇ ਤਾਂ ਈਜ਼ੀਲੀ ਵੀਜ਼ਾ ਗ੍ਰਾਂਟ ਹੋ ਜਾਂਦਾ ਸੀਗਾ। ਹੁਣ ਕੀ ਹੈ ਕਿ ਟਾਈਮ ਕੈਸ਼ ਦੇ ਇਸ਼ੂ ਹੋਣ ਦੇ ਵਿੱਚ ਹੀ ਲੱਗ ਰਿਹਾ, ਪਹਿਲਾਂ ਵੀ 21 ਮਹੀਨਾ 1 ਮੰਥ ਤੁਹਾਡਾ ਕੈਸ਼ ਲੈਟਰ ਇਸ਼ੂ ਹੋਣ ਦੇ ਵਿੱਚ ਹੋ ਜਾਂਦਾ ਸੀਗਾ। ਸੋ ਸਿਚੁਏਸ਼ਨ ਇਸ ਟਾਈਮ ਵੀ ਇੱਦਾਂ ਹੀ ਹੈ, ਕਿਉਂਕਿ ਉੱਥੇ ਵੀ ਲੋਕਡਾਊਨ ਕਦੇ ਆਨ ਆਫ ਹੀ ਹੋ ਰਿਹਾ, ਤਾਂ ਮੋਸਟ ਲਾਈਕਲੀ ਓਫਿਸ਼ੀਅਲੀ ਜਦੋਂ ਆਪਾਂ ਸੁਣਨ ਦੇ ਵਿੱਚ ਆਉਂਦਾ ਹੈ, ਆਪਾਂ ਕੰਟੈਕਟ ਕਰਦੇ ਯੂਨੀਵਰਸਿਟੀਜ਼ ਨਾਲ ਵੀ, ਤਾਂ ਮੇ ਤੱਕ ਜਿਹੜਾ ਲੋਕਡਾਊਨ ਇਹਨਾਂ ਨੇ ਐਕਸਟੈਂਡ ਕੀਤਾ, ਮੇ ਤੋਂ ਪਹਿਲਾਂ ਇਹਨਾਂ ਦਾ ਲੋਕਡਾਊਨ ਖਤਮ ਹੋ ਜਾਏਗਾ। ਸਾਰੇ ਏਰੀਆਜ਼ ਦੇ ਵਿੱਚ ਸਾਰੀ ਯੂਨੀਵਰਸਿਟੀਜ਼ ਜਿਹੜੀ ਹੋ ਜਾਣਗੇ ਓਪਨ ਹੋ ਜਾਣਗੀਆਂ, ਅਤੇ ਔਨ ਕੈਂਪਸ ਸਟੂਡੈਂਟ ਆਪਣੀ ਸਟੱਡੀ ਸ਼ੁਰੂ ਕਰ ਸਕਦੇ ਨੇ। ਸੋ ਸਟੂਡੈਂਟ ਜਿੰਨੇ ਵੀ ਅਪਲਾਈ ਕਰਵਾਉਣਾ ਚਾਹੁੰਦੇ ਨੇ ਮੇ ਔਰ ਸਪਟੈਂਬਰ ਇਨਟੇਕ ਲਈ, ਵਧੀਆ ਸਮਾਂ ਹੈ ਅਪਲਾਈ ਕਰਵਾਉਣ ਲਈ, ਕਿਉਂਕਿ ਜੇ ਤੁਸੀਂ ਡਿਲੇ ਕਰੋਗੇ, ਡਿਲੇ ਦਾ ਮਤਲਬ ਹੋਏਗਾ ਕਿ ਇੱਕ ਤਾਂ ਤੁਹਾਡਾ ਗੈਪ ਵੀ ਵੱਧ ਰਿਹਾ, ਦੂਜੀ ਗੱਲ ਸਟੂਡੈਂਟ ਨੂੰ ਪਤਾ ਹੈ ਕਿ ਯੂਨੀਵਰਸਿਟੀਜ਼ ਬਹੁਤ ਜ਼ਿਆਦਾ ਸਟ੍ਰਿਕਟ ਹੁੰਦੀ ਹੈ ਇੰਟਰਵਿਊਜ਼ ਨੂੰ ਲੈ ਕੇ। ਇੰਟਰਵਿਊਜ਼ ਲੈਂਦੀ ਹੈ ਸਟੂਡੈਂਟ, ਇੱਕ ਯੂਨੀਵਰਸਿਟੀ ਇੰਟਰਵਿਊ ਲੈ ਲਿਆ, ਜੇ ਕਲੀਅਰ ਨਹੀਂ ਹੋਇਆ ਤਾਂ ਸੈਕਿੰਡ ਇੰਟਰਵਿਊ ਤੁਹਾਡਾ ਸ਼ਡਿਊਲ ਕੀਤਾ ਜਾਂਦਾ ਹੈ, ਸੈਕਿੰਡ ਵੀ ਕਲੀਅਰ ਨਹੀਂ ਹੋਇਆ ਤਾਂ ਥਰਡ ਹੁੰਦਾ ਹੈ। ਸਮਟਾਈਮਸ ਯੂਨੀਵਰਸਿਟੀ ਹੁਣ 5 ਟਾਈਮਸ ਵੀ ਤੁਹਾਡੇ ਕੋਲੋਂ ਇੰਟਰਵਿਊਜ਼ ਲੈ ਰਹੀ ਹੈ। ਸੋ ਸਟੂਡੈਂਟ, ਕਿਉਂਕਿ ਜੇ ਤੁਸੀਂ ਲੇਟ ਹੀ ਅਪਲਾਈ ਕਰੋਗੇ, ਤੁਸੀਂ ਸੋਚਦੇ ਹੋ ਸਪਟੈਂਬਰ ਲਈ ਆਪਾਂ ਲੇਟ ਅਪਲਾਈ ਕਰਾਂਗੇ, ਸਪਟੈਂਬਰ ਇਨਟੇਕ ਲਈ ਵੇਟ ਕਰਾਂਗੇ ਪਹਿਲਾਂ ਕਿ ਸਿਚੁਏਸ਼ਨ ਥੋੜ੍ਹੀ ਜਿਹੀ ਨੋਰਮਲ ਹੋ ਜਾਵੇ, ਤਾਂ ਸਟੂਡੈਂਟ ਇਹ ਦਿਮਾਗ 'ਚੋਂ ਕੱਢ ਦਿਓ ਵੀ ਕਿ ਸਿਚੁਏਸ਼ਨ ਨੋਰਮਲ ਹੋਏਗੀ, ਉਹ ਤਾਂ ਹੋ ਹੀ ਜਾਏਗੀ, ਕਿਉਂਕਿ ਮੇ ਤੋਂ ਪਹਿਲਾਂ ਉਹਨਾਂ ਨੇ ਲੋਕਡਾਊਨ ਖਤਮ ਕਰਨ ਦੀ ਪੂਰੀ ਗੱਲ ਕੀਤੀ ਹੈ। ਮੇ ਇਨਟੇਕ ਦੀ ਲਾਸਟ ਡੇਟ ਜਿਹੜੀ ਉਹਨਾਂ ਨੇ ਦਿੱਤੀ ਹੈ 23rd March ਦਿੱਤੀ ਹੈ, ਉਸ ਤੋਂ ਪਹਿਲਾਂ ਅਪਲਾਈ ਕਰਵਾ ਸਕਦੇ ਹੋ। ਨਾਲ ਹੀ ਜਿੰਨੇ ਵੀ ਹੋਰ ਸਟੂਡੈਂਟ ਹੈ ਜਿਨ੍ਹਾਂ ਦੇ ਹੋਰ ਅਪਲਾਈ ਕਰਵਾਉਣਾ ਚਾਹੁੰਦੇ ਨੇ ਸਪਟੈਂਬਰ ਇਨਟੇਕ ਲਈ, ਉਹ ਸਟੂਡੈਂਟ ਇਸ ਟਾਈਮ ਯੂਟੀਲਾਈਜ਼ ਕਰਨ ਇਸ ਟਾਈਮ ਨੂੰ ਬਹੁਤ ਵਧੀਆ ਤਰੀਕੇ ਨਾਲ, ਤਾਂ ਕਿ ਜੇ ਬਾਈ ਚਾਂਸ ਤੁਹਾਨੂੰ ਐਮਬੈਸੀ ਵੱਲੋਂ ਇੰਟਰਵਿਊ ਆ ਵੀ ਜਾਂਦੀ ਹੈ, ਤਾਂ ਯੂਨੀਵਰਸਿਟੀ ਨਾਲ ਉਹਨੂੰ ਇੰਟਰਵਿਊ ਦਿੰਦੇ ਤੁਸੀਂ ਇੰਨੇ ਕੀ ਜ਼ਿਆਦਾ ਕੈਪੇਬਲ ਹੋ ਜਾਂਦੇ ਹੋ ਕਿ ਤੁਸੀਂ ਐਮਬੈਸੀ ਦਾ ਇੰਟਰਵਿਊ ਵੀ ਕਲੀਅਰ ਕਰ ਸਕਦੇ ਹੋ। ਠੀਕ ਹੈ, ਦੇ ਆਰ 1% ਚਾਂਸ ਕਿ ਐਮਬੈਸੀ ਤੁਹਾਡਾ ਇੰਟਰਵਿਊ ਲਵੇ, ਵੈਸੇ ਤਾਂ ਨਹੀਂ ਹੋਏਗਾ, ਬਟ ਅਗਰ ਹੋ ਵੀ ਸਕਦਾ ਹੈ ਕ੍ਰਾਈਟੇਰੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਇੰਟਰਵਿਊਜ਼ ਯੂਨੀਵਰਸਿਟੀ ਨੂੰ ਦਿੰਦੇ ਹੋਏ ਤੁਸੀਂ ਹੋਰ ਵੀ ਜ਼ਿਆਦਾ ਕੈਪੇਬਲ ਹੋ ਜਾਂਦੇ ਹੋ। ਮੈਮ ਹੁਣ ਅਸੀਂ ਗੱਲ ਕਰਦੇ ਹਾਂ ਇੰਟਰਵਿਊਜ਼ ਨੂੰ ਲੈ ਕੇ, ਇੰਟਰਵਿਊਜ਼ ਦੇ ਬਾਰੇ ਲਾਈਕ ਸਟੂਡੈਂਟਸ ਨੂੰ ਕਾਫੀ ਸਾਰੀ ਕੁਐਰੀਜ਼ ਹੁੰਦੀ ਹੈ, ਇੰਟਰਵਿਊਜ਼ ਕਿਹੜੇ ਕਿਹੜੇ ਟਾਈਮ 'ਤੇ ਆ ਸਕਦੇ ਹੈ? ਦੇਖੋ, ਕੁਛ ਯੂਨੀਵਰਸਿਟੀ ਲਾਈਕ ਆਕਸਫੋਰਡ ਯੂਨੀਵਰਸਿਟੀ ਦੀ ਜੇ ਮੈਂ ਗੱਲ ਕਰਾਂ, ਯੂਨੀਵਰਸਿਟੀ ਐਡਮਿਸ਼ਨ ਦੇਣ ਤੋਂ ਪਹਿਲਾਂ ਬੱਚੇ ਦੀ ਇੰਟਰਵਿਊ ਲੈਂਦੀ ਹੈ, ਮੋਸਟ ਲਾਈਕਲੀ ਸਮਟਾਈਮਸ ਉਹ ਵਟਸਐਪ 'ਤੇ ਵਟਸਐਪ ਕਾਲ ਕਰਕੇ ਵੀਡੀਓ ਕਾਲ ਕਰਕੇ ਤੁਹਾਡਾ ਇੰਟਰਵਿਊ ਲੈ ਲੈਂਦੀ ਹੈ ਆਕਸਫੋਰਡ ਯੂਨੀਵਰਸਿਟੀ। ਸੋ ਇੱਦਾਂ ਦੀ ਹੋਰ ਵੀ ਯੂਨੀਵਰਸਿਟੀਜ਼ ਹੈਗੀ, ਜਿੱਦਾਂ ਮੈਂ ਲੀਡਸ ਬੈਕਟ ਯੂਨੀਵਰਸਿਟੀ ਦੀ ਗੱਲ ਕੀਤੀ ਹੈ, ਉਹ ਯੂਨੀਵਰਸਿਟੀ ਵੀ ਤੁਹਾਡੀ ਫੀਸ ਭਰਨ ਤੋਂ ਪਹਿਲਾਂ ਇੰਟਰਵਿਊ ਲਏਗੀ। ਤਾਂ ਸਟੂਡੈਂਟ ਯੂਨੀਵਰਸਿਟੀ ਨੇ ਆਪਣਾ ਕ੍ਰਾਈਟੇਰੀਆ ਸੈੱਟ ਕੀਤਾ ਹੁੰਦਾ ਹੈ ਕਿ 1 ਵਾਰੀ ਲੈਣੀ ਹੈ, 2 ਵਾਰੀ ਲੈਣੀ ਹੈ ਜਾਂ 3 ਵਾਰੀ ਲੈਣੀ ਹੈ। ਮੋਸਟਲੀ ਯੂਨੀਵਰਸਿਟੀਜ਼ ਤੁਹਾਡੇ ਕੋਲੋਂ 1 ਵਾਰੀ ਇੰਟਰਵਿਊ ਲੈਂਦੀ ਹੈ, ਜੇ ਤੁਸੀਂ ਫਸਟ ਅਟੈਂਪਟ 'ਤੇ ਕਲੀਅਰ ਕਰ ਗਏ ਤਾਂ ਤੁਹਾਡੀ ਫੀਸ ਜਾਏਗੀ, ਜੇ ਨਹੀਂ ਕਰ ਪਾਏ ਤਾਂ ਤੁਹਾਨੂੰ ਰਿਜੈਕਸ਼ਨ ਹੀ ਮਿਲੇਗੀ ਯੂਨੀਵਰਸਿਟੀ ਵੱਲੋਂ। ਸੋ ਤੁਸੀਂ ਕਿਸੇ ਔਰ ਯੂਨੀਵਰਸਿਟੀ ਨੂੰ ਟਾਰਗੇਟ ਕਰ ਸਕਦੇ ਹੋ। ਬਾਦਸਪਾ ਯੂਨੀਵਰਸਿਟੀ ਹੈ ਜਿਹੜੀ ਕਿ ਪਹਿਲਾਂ ਇੰਟਰਵਿਊ ਨਹੀਂ ਲੈ ਰਹੀ ਸੀਗੀ, ਬਟ ਹੁਣ ਇੰਟਰਵਿਊ ਲਏਗੀ। ਬੈਡਫੋਰਡਸ਼ਾਇਰ ਯੂਨੀਵਰਸਿਟੀ ਹੈ, ਪਹਿਲਾਂ ਇੰਟਰਵਿਊਜ਼ 'ਤੇ ਵੇਵ ਆਫ ਕਰ ਰਹੀ ਸੀਗੀ, ਬਟ ਹੁਣ ਇੰਟਰਵਿਊਜ਼ ਲਏਗੀ। ਨਾਲ ਆਪਾਂ ਗੱਲ ਕਰਾਂਗੇ ਲੀਡਸ ਬੈਕਟ ਦੀ, ਆਕਸਫੋਰਡ ਦੀ, ਹਡਰਸਫੀਲਡ ਕੀ, ਹੈਡਫੋਰਡਸ਼ਾਇਰ ਦੀ, ਸਾਰੀਆਂ ਯੂਨੀਵਰਸਿਟੀਜ਼ ਜਿਹੜੀ ਹੋਣਗੀਆਂ ਉਹ ਤੁਹਾਡੀ ਯੂਨੀਵਰਸਿਟੀਜ਼ ਟੂ ਯੂਨੀਵਰਸਿਟੀ ਡਿਪੈਂਡ ਕਰਦਾ ਹੈ ਕਿ ਤੁਹਾਡੇ ਐਡਮਿਸ਼ਨ ਦੇਣ ਤੋਂ ਪਹਿਲਾਂ ਤੁਹਾਡੀ ਇੰਟਰਵਿਊ ਲੈ ਰਹੀ ਹੈ ਜਾਂ ਐਡਮਿਸ਼ਨ ਆਉਣ ਤੋਂ ਬਾਅਦ, ਆਫਰ ਲੈਟਰ ਆਉਣ ਤੋਂ ਬਾਅਦ ਤੁਹਾਡਾ ਇੰਟਰਵਿਊ ਲੈ ਰਹੀ ਹੈ, ਕਿਉਂਕਿ ਆਕਸਫੋਰਡ ਯੂਨੀਵਰਸਿਟੀ ਆਫਰ ਲੈਟਰ ਤੁਹਾਨੂੰ ਤੁਹਾਡੇ ਇੰਟਰਵਿਊ 'ਤੇ ਹੀ ਦਿੰਦੀ ਹੈ। ਜੇ ਤੁਸੀਂ ਇੰਟਰਵਿਊ ਕਲੀਅਰ ਕਰਦੇ ਹੋ ਤਾਂ ਹੀ ਤੁਹਾਨੂੰ ਆਫਰ ਲੈਟਰ ਦਿੱਤਾ ਜਾਏਗਾ, ਅਦਰਵਾਈਜ਼ ਯੂਨੀਵਰਸਿਟੀ ਤੁਹਾਨੂੰ ਆਫਰ ਲੈਟਰ ਵੀ ਗ੍ਰਾਂਟ ਨਹੀਂ ਕਰੇਗੀ। ਸੋ ਬੇਸਿਕ ਜੇ ਕੁਐਸਚਨਸ ਹੁੰਦੇ ਨੇ, ਸਟੂਡੈਂਟ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਕਿਹੜੇ ਕੋਰਸ ਦੇ ਵਿੱਚ ਜਾ ਰਿਹਾ, ਕਿਹੜੀ ਲੋਕੇਸ਼ਨ 'ਚ, ਕਿਸ ਕੈਂਪਸ ਦੇ ਵਿੱਚ ਬੇਸਿਕਲੀ ਜਾ ਰਿਹਾ, ਇਨਰ ਲੰਡਨ ਦੇ ਵਿੱਚ ਹੈ ਜਾਂ ਆਊਟਰ ਲੰਡਨ ਦੇ ਵਿੱਚ ਹੈ। ਸਟੂਡੈਂਟ ਨੂੰ ਇਹ ਕੁਛ ਟੈਕਨੀਕਲ ਕੁਐਸਚਨਸ ਹੁੰਦੇ ਨੇ ਜਿਹੜੇ ਪਤਾ ਹੋਣੇ ਚਾਹੀਦੇ ਕਿ ਫੀਸ ਕਿੰਨੀ ਹੈ, ਕੋਸਟ ਆਫ ਲਿਵਿੰਗ ਕਿੰਨੀ ਹੈ ਤੁਹਾਡੀ। ਸੋ ਇੱਦਾਂ ਦੇ ਕੁਛ ਕੁਐਸਚਨਸ ਹੁੰਦੇ ਆ ਜਿਨ੍ਹਾਂ ਨੂੰ ਸਟੂਡੈਂਟ ਆਪਣਾ ਪ੍ਰਿਪੇਅਰ ਕਰ ਸਕਦਾ ਹੈ।
ਸਾਨੂੰ ਕੰਟੈਕਟ ਕਰ ਸਕਦਾ ਜਦੋਂ ਅਪਲਾਈ ਕਰਵਾਉਣਗੇ ਤਾਂ ਤੁਹਾਨੂੰ ਅਸੀਂ ਹੈਲਪ ਕਰਦੇ ਹਾਂ ਇੰਟਰਵਿਊ ਕਰੈਕ ਕਰਨ ਦੇ ਵਿੱਚ। ਜੀ ਮੈਮ, ਹੁਣ ਗੱਲ ਕਰਦੇ ਹਾਂ ਸਪਾਊਸ ਨੂੰ ਲੈ ਕੇ। ਸਟੂਡੈਂਟ ਆਫਟਰ ਪਲੱਸ ਟੂ ਸਪਾਊਸ ਤੇ ਜਾ ਸਕਦਾ ਹੈ ਜਾਂ ਗ੍ਰੈਜੂਏਸ਼ਨ ਔਰ ਮਾਸਟਰਸ ਜ਼ਰੂਰੀ ਹੈ? ਦੇਖੋ, ਸਪਾਊਸ ਦੀ ਜਦੋਂ ਗੱਲ ਹੁੰਦੀ ਹੈ, ਮੋਸਟਲੀ ਹੁਣ ਇਹ ਮੈਂ ਕਹਾਂਗੀ ਟ੍ਰੈਂਡ ਬਣ ਚੁੱਕਿਆ। ਬੇਸਿਕਲੀ ਪੰਜਾਬ ਦੇ ਵਿੱਚ ਸਪੈਸ਼ਲੀ ਸਟੂਡੈਂਟ ਜ਼ਿਆਦਾਤਰ ਉਸ ਕੰਟਰੀ ਨੂੰ ਟਾਰਗੇਟ ਕਰਦੇ ਆ ਜਿੱਥੇ ਸਪਾਊਸ ਨਾਲ ਜਾ ਸਕਦਾ ਹੈ, ਲਾਈਕ ਆਸਟ੍ਰੇਲੀਆ ਹੋ ਗਿਆ, ਕਿਉਂਕਿ ਕੈਨੇਡਾ 1% ਸਟੂਡੈਂਟ ਹੁੰਦਾ। ਜੇ ਬਹੁਤ ਵਧੀਆ ਪ੍ਰੋਫਾਈਲ ਹੈ, ਮਾਸਟਰਸ ਲਈ ਜਾ ਰਿਹਾ ਤਾਂ ਉੱਥੇ ਪੋਸੀਬਲ ਹੁੰਦਾ ਸਟੂਡੈਂਟ ਅਪਲਾਈ ਕਰ ਸਕਦਾ। ਸੋ ਜਿਹੜਾ ਆਪਾਂ ਗੱਲ ਕਰਾਂਗੇ ਯੂਕੇ ਦੇ ਵਿੱਚ, ਅੱਜ ਤੋਂ 1 ਸਾਲ ਜਾਂ 2 ਸਾਲ ਪਹਿਲਾਂ ਕੁਛ ਸੀਗਾ ਇਸ ਤਰ੍ਹਾਂ ਦਾ ਕ੍ਰਾਈਟੇਰੀਆ ਕਿ ਆਫਟਰ ਪਲੱਸ ਟੂ ਵੀ ਬੱਚਾ ਅਪਲਾਈ ਕਰਦਾ ਸੀਗਾ ਅਤੇ ਨਾਲ ਡਿਪੈਂਡੈਂਟ ਦੇ ਵਿੱਚ ਚਲਾ ਜਾਂਦਾ ਸੀਗਾ। ਬਟ ਹੁਣ ਸਨੈਰੀਓ ਚੇਂਜ ਹੈ, ਡਿਫਰੈਂਟ ਕ੍ਰਾਈਟੇਰੀਆ ਹੈ। ਹੁਣ ਸਟੂਡੈਂਟ ਨੂੰ ਗ੍ਰੈਜੂਏਟ ਜਾਂ ਮਾਸਟਰ ਉਹਦੀ ਹੋਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੇ ਸਟੂਡੈਂਟ ਨੇ ਗ੍ਰੈਜੂਏਸ਼ਨ ਕੀਤੀ ਹੈ ਔਰ ਮੇਨ ਐਪਲੀਕੈਂਟ ਵੀ ਉਹਦਾ ਮਾਸਟਰਸ ਲਈ ਜਾ ਰਿਹਾ ਹੈ ਤਾਂ ਹੀ ਤੁਹਾਡਾ ਸਪਾਊਸ ਤੁਹਾਡੇ ਨਾਲ ਜਾ ਸਕਦਾ ਹੈ ਸਟੂਡੈਂਟ। ਇਹ ਕੋਈ ਮਿਥ ਨਹੀਂ ਹੈ। ਬਿਨਾਂ ਆਪਣੀ ਇਨਫੋਰਮੇਸ਼ਨ ਪੂਰੀ ਲਿੱਤੇ ਆਪਣੀ ਪ੍ਰੋਫਾਈਲ ਨਾ ਲਵਾਇਓ, ਤੁਸੀਂ ਰਿਜੈਕਸ਼ਨ ਲਵਾ ਲਓਗੇ। ਅਤੇ ਜਿੰਨੇ ਵੀ ਸਟੂਡੈਂਟ ਸਪਾਊਸ 'ਤੇ ਅਪਲਾਈ ਕਰਵਾਉਣਾ ਚਾਹੁੰਦੇ ਨੇ, ਬੇਸਿਕਲੀ ਤੁਹਾਡੇ ਸਪਾਊਸ ਦੀ ਗ੍ਰੈਜੂਏਸ਼ਨ ਹੋਣੀ ਮੈਂਡੇਟਰੀ ਹੈ, ਤੁਹਾਡੀ ਮੈਰਿਜ ਬੇਸਿਕਲੀ ਜੈਨੂਅਨ ਹੋਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਐਮਬੈਸੀ ਨੂੰ ਵੀ ਇਹ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿ ਸਟੂਡੈਂਟ ਨੇ ਕੰਟਰੈਕਟ ਬੇਸਿਸ 'ਤੇ ਮੈਰਿਜ ਕਰਵਾਈ ਹੈ, ਜਿਹੜੀ ਮੈਰਿਜ ਹੈ ਉਹ ਜੈਨੂਅਨ ਨਹੀਂ ਹੈ। ਤਾਂ ਉਹ ਉਸ ਤਰੀਕੇ ਦਾ ਤੁਹਾਡੀ ਇਨਵੈਸਟੀਗੇਸ਼ਨ ਕਰਦੇ ਨੇ। ਇਨਵੈਸਟੀਗੇਸ਼ਨ 'ਚ ਪਤਾ ਚੱਲ ਜਾਂਦਾ ਕਿ ਸਟੂਡੈਂਟ ਦੀ ਜਿਹੜੀ ਮੈਰਿਜ ਹੈ ਉਹ ਜੈਨੂਅਨ ਨਹੀਂ ਹੈ, ਫੇਕ ਹੈ, ਕੰਟਰੈਕਟ ਬੇਸ ਹੈ। ਸੋ ਜਿੰਨੇ ਵੀ ਸਪਾਊਸ ਵਾਲੇ ਸਟੂਡੈਂਟ ਹੈ, ਮੈਰਿਜ ਜੈਨੂਅਨ ਹੋਣੀ ਚਾਹੀਦੀ ਹੈ। ਜਿੰਨੇ ਵੀ ਪਰੂਫ ਤੁਹਾਡੇ ਕੋਲ ਹੋਣ, ਤੁਹਾਡੀ ਮੈਰਿਜ ਦੇ ਜਾਂ ਤੁਸੀਂ ਕਿਤੇ ਵਿਜ਼ਿਟ ਕਰ ਮਤਲਬ ਘੁੰਮਣ ਫਿਰਨ ਗਏ ਹੋ, ਕਿਤੇ ਵੀ ਗਏ ਹੋ, ਜਾਂ ਕੋਈ ਹੋਰ ਫੋਟੋਜ਼ ਹੈ ਵਿਆਹ ਤੋਂ ਪਹਿਲਾਂ ਦੀਆਂ ਹੈਗੀਆਂ, ਇੱਦਾਂ ਦੇ ਪਰੂਫ ਤੁਹਾਡੇ ਸਪੈਸ਼ਲੀ ਯੂਕੇ ਅਪਲਾਈ ਕਰਨ ਵੇਲੇ ਤੁਹਾਡੇ ਕੋਲ ਹੋਣੇ ਚਾਹੀਦੇ ਹੈ। ਜੇ ਤੁਹਾਡੇ ਕੋਲ ਇੱਦਾਂ ਦੇ ਪਰੂਫ ਹੈਗੇ ਹੈ, ਮੈਰਿਜ ਜੈਨੂਅਨ ਹੈ, ਤਾਂ ਵੀਜ਼ਾ 'ਚ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਬਟ ਯੈਸ, ਗ੍ਰੈਜੂਏਸ਼ਨ ਤੁਹਾਡੀ ਮੈਂਡੇਟਰੀ ਹੈ ਸਪਾਊਸ ਦੀ, ਅਤੇ ਤੁਹਾਡੀ ਮੇਨ ਐਪਲੀਕੈਂਟ ਦੀ 6.5 ਨੋਟ ਲੈਸ ਦੈਨ 6 ਬੈਂਡ ਹੋਣੇ ਚਾਹੀਦੇ ਹੈ, ਤੁਸੀਂ ਅਪਲਾਈ ਕਰ ਸਕਦੇ ਹੋ ਮਾਸਟਰਸ ਲਈ। ਜੀ ਮੈਮ, ਹੁਣ ਅਸੀਂ ਟਰੈਵਲਸ ਨੂੰ ਲੈ ਕੇ ਗੱਲ ਕਰਦੇ ਹਾਂ। ਟਰੈਵਲਸ ਨੂੰ ਲੈ ਕੇ ਕੋਈ ਨਿਊ ਅਪਡੇਟਸ ਐਂਡ ਜਿਹੜੇ ਸਟੂਡੈਂਟਸ ਹੁਣ ਟਰੈਵਲ ਕਰਨਗੇ ਉਹਨਾਂ ਬਾਰੇ ਕੋਈ ਨਿਊ ਅਪਡੇਟਸ? ਜੀ ਬਿਲਕੁਲ ਅਪਡੇਟਸ ਦੀ ਦੇਖੋ ਮੈਂ ਇਹ ਗੱਲ ਕਰਾਂਗੀ, ਟਰੈਵਲ ਨੂੰ ਲੈ ਕੇ ਜਿਹੜੇ ਪਹਿਲਾਂ ਸਟੂਡੈਂਟ ਟਰੈਵਲ ਕਰ ਰਹੇ ਸੀਗੇ ਉਹ ਤਾਂ ਅਵੇਅਰ ਸੀਗੇ ਟਰੈਵਲ ਰਿਸਟ੍ਰਿਕਸ਼ਨਸ ਨੂੰ ਲੈ ਕੇ। ਹੁਣ ਜਿਹੜੇ ਸਟੂਡੈਂਟ ਨਵੇਂ ਟਰੈਵਲ ਕਰਨ ਵਾਲੇ ਨੇ, ਉਹਨਾਂ ਸਟੂਡੈਂਟਸ ਨੂੰ ਇਹ ਯਾਦ ਰੱਖਣਾ ਔਰ ਸਮਝਣਾ ਬਹੁਤ ਇੰਪੋਰਟੈਂਟ ਹੈ ਕਿ ਜਦੋਂ ਤੁਸੀਂ ਟਰੈਵਲ ਕਰੋਗੇ 72 ਆਵਰਸ ਪਹਿਲਾਂ ਦੀ ਕਰੋਨਾ ਟੈਸਟ ਰਿਪੋਰਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਤੁਹਾਡਾ ਰਿਜ਼ਲਟ ਹੋ ਜੋ ਉਹ ਨੈਗੇਟਿਵ ਹੋਣਾ ਚਾਹੀਦਾ ਹੈ। ਸੈਕਿੰਡ ਇੰਪੋਰਟੈਂਟ ਥਿੰਗ ਇਜ਼ ਕਿ ਜਦੋਂ ਤੁਸੀਂ ਹੁਣ ਟਰੈਵਲ ਕਰੋਗੇ ਉੱਥੇ ਲੈਂਡ ਕਰੋਗੇ, ਲੈਂਡ ਕਰਨ ਤੋਂ ਪਹਿਲਾਂ ਤੁਹਾਨੂੰ ਅਪਡੇਟ ਕਰਨਾ ਪਏਗਾ ਕਿ ਤੁਸੀਂ ਉੱਥੇ ਜਾ ਕੇ ਜਿਹੜਾ 210 ਪਾਊਂਡ ਦੇ ਵਿੱਚ ਤੁਹਾਡਾ ਇੱਕ ਕੋਈ ਖਰਚਾ ਆਏਗਾ। ਦੋ ਟੈਸਟ ਤੁਹਾਡੇ ਹੋਣਗੇ, ਇੱਕ ਹੋਏਗਾ ਜਦੋਂ ਤੁਸੀਂ ਲੈਂਡ ਕਰੋਗੇ, ਲੈਂਡ ਹੁੰਦੇ ਸਾਰ ਹੋਏਗਾ ਡਿਊਰਿੰਗ ਕੁਆਰੰਟੀਨ, ਜਿਹੜਾ ਤੁਹਾਡਾ 14 ਡੇਜ਼ ਦਾ ਕੁਆਰੰਟੀਨ ਹੋਗਾ। ਉਸ ਕੁਆਰੰਟੀਨ ਪੀਰੀਅਡ ਦੇ ਵਿੱਚ ਇੱਕ ਤਾਂ ਸੇਮ ਡੇ ਤੁਹਾਡਾ ਟੈਸਟ ਕੀਤਾ ਜਾਏਗਾ ਜਦੋਂ ਤੁਸੀਂ ਲੈਂਡ ਕਰੋਗੇ। ਨੈਕਸਟ ਜਿਹੜਾ ਟੈਸਟ ਤੁਹਾਡਾ ਹੋਏਗਾ ਉਹ ਹੋਏਗਾ ਆਫਟਰ 8 ਡੇਜ਼, ਠੀਕ ਹੈ। 8th ਡੇ ਦੇ ਵਿੱਚ ਤੁਹਾਡਾ ਇੱਕ ਹੋਰ ਟੈਸਟ ਹੋਏਗਾ ਅਤੇ ਉਹਦੇ ਜਿਹੜੇ ਚਾਰਜਿਸ ਹੋਣਗੇ ਉਹ ਹੋਣਗੇ 210 ਪਾਊਂਡ ਜਾਂ 220 ਪਾਊਂਡ ਦੇ ਵਿੱਚ ਤੁਹਾਡੇ ਹੋਣਗੇ। ਉਹ ਤੁਹਾਨੂੰ ਸਟੂਡੈਂਟ ਪਹਿਲਾਂ ਹੀ ਇੱਥੋਂ ਅਪਡੇਟ ਕਰਕੇ ਜਾਣਾ ਪਏਗਾ। ਜਦੋਂ ਤੁਸੀਂ ਆਪਣੇ ਕੰਸਲਟੈਂਟ ਜਦੋਂ ਉੱਥੇ ਉਹ ਤੁਹਾਡਾ ਐਡਰੈਸ ਵਗੈਰਾ ਅਪਡੇਟ ਕਰਦੇ ਨੇ ਕਿ ਤੁਹਾਡਾ ਕੁਆਰੰਟੀਨ ਪਲਾਨ ਕੀ ਹੈ, ਕਿੱਥੇ ਜਾ ਕੇ ਕਰਨ ਵਾਲੇ ਹੋ, ਉੱਥੇ ਹੀ ਤੁਸੀਂ ਉਹ ਅਪਡੇਟ ਕਰਨਾ ਹੈ। ਪ੍ਰੀ ਪਲਾਨ ਜਿਹੜਾ ਤੁਹਾਡਾ ਹੋਏਗਾ ਕਿ ਤੁਸੀਂ ਪੇਮੈਂਟ ਕਰ ਚੁੱਕੇ ਹੋ, ਪਹਿਲਾਂ ਹੀ ਤੁਸੀਂ ਉਹ ਅਪਡੇਸ਼ਨ ਉਹਨੂੰ ਦੇ ਦੇਣੀ ਹੈ। ਇਨ ਦੈਟ ਕੇਸ ਜੇ ਤੁਹਾਡੇ ਕੋਲ ਤੁਸੀਂ ਉਹ ਅਪਡੇਟ ਨਹੀਂ ਕਰਦੇ ਤਾਂ ਤੁਸੀਂ ਉਹ ਟੈਸਟ ਵਾਲਾ ਸਲੋਟ ਆਪਣਾ ਨਹੀਂ ਓਕੂਪਾਈਡ ਕਰਦੇ ਹੋ ਤਾਂ ਤੁਹਾਨੂੰ ਉਹ ਵਾਪਸ ਫੀ ਭੇਜ ਸਕਦੇ ਨੇ, ਵਾਪਸ ਤੁਸੀਂ ਡਿਪੋਰਟ ਵੀ ਹੋ ਸਕਦੇ ਹੋ ਜਾਂ ਤੁਹਾਡੀ ਫਲਾਈਟ ਵੀ ਕੈਂਸਲ ਹੋ ਸਕਦੀ ਹੈ। ਸੋ ਸਟੂਡੈਂਟ ਇਸ ਚੀਜ਼ ਨੂੰ ਇਗਨੋਰ ਨਾ ਕਰਿਓ, ਬਹੁਤ ਇੰਪੋਰਟੈਂਟ ਹੈ ਕਿ ਟਰੈਵਲ ਕਰਨ ਤੋਂ ਬਾਅਦ ਉੱਥੇ ਦੋ ਟੈਸਟ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਜਿਹੜੀ ਇਹ ਫੀਸ ਹੋਏਗੀ 210 ਜਾਂ 20 ਪਾਊਂਡ ਉਹ ਤੁਹਾਡੇ ਇਸੇ ਟੈਸਟ ਦੇ ਹੋਣਗੇ। ਸੋ ਜਦੋਂ ਵੀ ਟਰੈਵਲ ਕਰੋ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਟਰੈਵਲ ਕਰੋ, ਆਪਣੇ ਕੰਸਲਟੈਂਟ ਨਾਲ ਕੰਸਲਟ ਕਰੋ ਅਤੇ ਉਹਨਾਂ ਨੂੰ ਕਹੋ ਕਿ ਇਸ ਚੀਜ਼ ਨੂੰ ਅਪਡੇਟ ਕਰਨ। ਜੀ ਥੈਂਕ ਯੂ ਸੋ ਮਚ ਮੈਮ ਇਸ ਸ਼ੋ 'ਤੇ ਸਟੂਡੈਂਟਸ ਵੀਜ਼ਾ ਅਤੇ ਸਪਾਊਸ ਵੀਜ਼ਾ ਲਈ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਲਈ। ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਜੇ ਹੁਣ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਕੋਈ ਡਾਊਟ ਹੈ ਤਾਂ ਤੁਸੀਂ ਹੇਠ ਦਿੱਤੇ ਗਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ ਅਤੇ ਸਾਡੀ ਨੀਅਰੈਸਟ ਬ੍ਰਾਂਚਸ 'ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ। ਇੱਕ ਮੈਂ ਐਡ ਆਨ ਕਰਨਾ ਚਾਹੂੰਗੀ, ਸ਼ੋ ਐਂਡ ਕਰਨ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟ ਵੇਟ ਕਰ ਰਹੇ ਨੇ ਮੇਅ ਔਰ ਸਪਟੈਂਬਰ ਇਨਟੇਕ ਲਈ ਅਪਲਾਈ ਕਰਨ ਲਈ, ਬਹੁਤ ਸਾਰੇ ਸਟੂਡੈਂਟ ਨੂੰ ਪਤਾ ਹੈ ਕਿ ਯੂਨੀਵਰਸਿਟੀ ਜਦੋਂ ਵੀ ਆਪਾਂ ਅਪਲਾਈ ਕਰਦੇ ਹਾਂ, ਸਪੈਸ਼ਲੀ ਯੂਕੇ ਦੇ ਵਿੱਚ 1 ਸਾਲ ਦੀ ਫੀਸ ਨਾਲ ਅਪਲਾਈ ਕਰਦੇ ਹਾਂ, ਤੁਹਾਨੂੰ ਸਟੱਡੀ ਵਰਲਡ ਵੱਲੋਂ ਓਪਰਚੁਨਿਟੀ ਇੱਕ ਚਾਂਸ ਦਿੱਤਾ ਜਾ ਰਿਹਾ ਸਟੂਡੈਂਟ। ਜੇ ਤੁਸੀਂ 1 ਸਾਲ ਦੀ ਫੀ ਅਫੋਰਡ ਨਹੀਂ ਕਰ ਸਕਦੇ ਤਾਂ ਤੁਸੀਂ 6 ਮਹੀਨੇ ਦੀ ਫੀ
फी दे के भी जा सकते हो और नियर अबाउट थोड़ी 6 to 6.5 lakh थोड़ी फी आएगी 6 months की तो थोड़े आफ्टर ग्रेजुएशन 6.5 ओवरऑल नॉट लैस दैन 6 होने चाहिए हैं जे तुसी आफ्टर प्लस टू जाना चाहते हो तो ओवरऑल 6 नॉट लैस दैन 5.5 नाल अप्लाई करवा सकते हो सो ये जी ऑपरचुनिटी थोड़े लिए लिमिटेड पीरियड ले ही होएगी वैलिड टू स्टूडेंट जिन्हें भी इंटरेस्टेड स्टूडेंट है अप्लाई करवा सकते हैं तुसी फी पे करनी है वैसी फी पे करनी है हैल्थ इंश्योरेंस पे करना है जो मेडिकल हों मेडिकल अप्रॉक्स 12 to 1800 के मेडिकल हों है वह भी तुसी असी तुहानू सजेस्ट करा कि कितों तुसी करवा सकते हो साढ़े जिहड़े चार्जेस होणगे कंसल्टेंसी या फंडिंग दे फंडिंग भी थोड़ी असी करवा के देवांगे तुहानू 28 दिन पुराने फंड चाहिए होंगे ने तो जिहड़े फंड होणगे डिपेंड करता है कि तुसी इनर लंडन जा रहे हो या आउटर लंडन जा रहे हो उहदी कॉस्ट ऑफ लिविंग ते डिपेंड करता है सो जिन्हें भी इंटरेस्टेड स्टूडेंट है फंडिंग नहीं करवा सकते तुहानू असी हैल्प करांगे फंडिंग दे विच साढ़े जिहड़े चार्जेस होणगे वह आफ्टर वीज़ा तुसी दे सकते हो फाइलिंग प्रोसैसिंग चार्जेस नाल तुसी अपना कंटिन्यू करवा सकते हो अपनी सिर्फ 6 months की तुसी फी दे के अपना स्टार्ट कर सकते हो जी जेडे भी स्टूडेंट्स इस वीडियो नू देख रहे ने मैम ने जेडे भी रिस्ट्रिक्शंस यूके स्पाउस वीजा ते स्टूडेंट वीजा ले दसे ने तुसी उन्हां नू जरूर फॉलो करो ते होर वधेरी जानकारी ले तुसी स्टडी वर्ल्ड जरूर विजिट करो जल्दी हाजिर होवांगे नई वीडियोज लैके न्यू अपडेशंस दे नाल उदों तक तुसी इस चैनल नाल जुड़े रहो ते इस वीडियो नू लाइक ते शेयर करना ना भुलो सत श्री अकाल सत श्री अकाल